ਤੁਸੀਂ ਵਰਸ਼ਨ ਦੇ ਦਿਓਗੇ ਜੀ ਆਪਣਾ ਜੀ ਵਰਸ਼ਨ ਜੇ ਸਾਡੇ ਕਾਗਜ਼ ਲੋਪ ਹੋ ਗਏ ਤਾਂ ਕਾਗਜ਼ ਰਿਜੈਕਟ ਨਹੀਂ ਹੋਣੇ ਚਾਹੀਦੇ ਸਾਨੂੰ ਗੱਲ ਕਰ ਦਿਓ ਤੁਸੀਂ ਜ਼ਿੰਮੇਵਾਰ ਹੋਵੇ ਤੁਸੀਂ ਵਰਸ਼ਨ ਦੇ ਦਿਓ ਸਾਨੂੰ ਮੀਡੀਆ ਨੂੰ ਵਰਸ਼ਨ ਦੇ ਦਿਓ ਕਿ ਕੋਈ ਸਮੱਸਿਆ ਨਹੀਂ ਕਟਿੰਗ ਦੀ ਕੋਈ ਸਮੱਸਿਆ ਨਹੀਂ ਹਾਂਜੀ ਹਾਂਜੀ ਸਰ ਸਾਡੀ ਵੀ ਡਿਊਟੀ ਹੈ ਜੀ ਸਾਡੀ ਵੀ ਡਿਊਟੀ
ਉੱਤੇ 35 ਲਿਖ ਕੇ ਦਿੱਤਾ ਜੀ। ਆ ਹੁਣੇ ਇੱਥੋਂ ਮਹਿਦੀਆਂ ਸਾਹਿਬ ਹੋ ਕੇ ਗਏ ਨੇ ਕਿ ਪ੍ਰੈਸ਼ਰ ਪਾਉਣ ਰਹੇ ਸਾਡੇ ਦੇ ਲੋਕਾਂ ਦੀ ਹੌਟ ਸੀਟ ਹੈ ਜੀ ਇਸ ਵੇਲੇ। ਅਸੀਂ ਜ਼ੋਰਾਂ ਸ਼ੋਰਾਂ ਲੜਦੇ ਹਾਂ, ਅਸੀਂ ਸਾਡੇ 11 ਮੈਂਬਰ ਹੈ ਅਤੇ 12ਵਾਂ ਸਰਪੰਚ ਹੈ ਜੀ। ਅਸੀਂ ਸਾਰੀਆਂ ਵੇਖੋ ਰਸੀਦਾਂ ਦੇ ਭਰ ਕੇ ਦਿੱਤੇ, ਫਾਰਮ ਭਰੇ ਪਏ ਨੇ, ਆਹ ਸਾਡੇ ਹੱਥਾਂ ਦੀ ਲਿਖਾਈ ਆ, ਇਹਨਾਂ ਨੂੰ ਕਟਿੰਗ ਕੀਤੀ ਆ ਅਤੇ ਉੱਤੇ ਫਿਰ ਹੁਣ ਸਾਡੇ ਕਹਿਣ 'ਤੇ ਇਹਨਾਂ ਨੇ ਆਹ ਵੇਖੋ ਇਹਨਾਂ ਨੇ 35 ਲਿਖਿਆ। ਜੇ ਸਾਡਾ ਧੱਕਾ ਹੋਇਆ ਤਾਂ ਅਸੀਂ ਇਲੈਕਸ਼ਨ ਨਹੀਂ ਹੋਣ ਦੇਵਾਂਗੇ। ਇਹ ਸਰਕਾਰ ਨੂੰ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਹਾਂ, ਕੋਈ ਧੱਕਾਸ਼ਾਹੀ ਨਹੀਂ ਚੱਲੇਗੀ। ਜੇ ਸਾਨੂੰ ਪੂਰੀਆਂ ਰਸੀਦਾਂ ਨਾ ਮਿਲੀਆਂ ਤਾਂ ਇੱਥੇ ਨਾਅਰੇਬਾਜ਼ੀ ਵੀ ਹੋਏਗੀ, ਧਰਨਾ ਵੀ ਦਿੱਤਾ ਜਾਏਗਾ। ਇਹ ਕੰਨ ਖੋਲ੍ਹ ਕੇ ਬੋਲੀ ਸਰਕਾਰ ਸੁਣ ਲਵੇ। ਅੱਜ ਨੋਮੀਨੇਸ਼ਨ ਦਾ ਅਖੀਰਲਾ ਦਿਨ ਆ, ਜੋ ਆਸਾਂ ਉਮੀਦਾਂ ਦੇ ਨਾਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਇਸ ਸਰਕਾਰ ਨੂੰ ਬਣਾਇਆ ਸੀ, ਬੜੀਆਂ ਚਾਵਾਂ ਅਤੇ ਰੀਝਾਂ ਦੇ ਨਾਲ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ, ਬੜੇ ਦੁਖੀ ਮਨ ਦੇ ਨਾਲ ਕਹਿਣਾ ਚਾਹੁੰਦਾ ਅਤੇ ਤੁਹਾਡੇ ਕੈਮਰੇ ਰਾਹੀਂ ਤੁਹਾਡੀ ਵੀਡੀਓ ਰਾਹੀਂ ਆਪ ਜੀ ਨਜ਼ਰ ਮਾਰ ਲਓ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੱਜਲ ਖੁਆਰੀ ਹੋ ਰਹੀ ਆ। ਕੋਈ ਸਿਸਟਮ ਨਹੀਂ, ਕੋਈ ਰਸੀਦ ਨਹੀਂ, ਕੋਈ ਵੋਟਰ ਸੂਚੀ ਨਹੀਂ, ਕੋਈ ਚੰਗਾ ਪ੍ਰਬੰਧ ਨਹੀਂ। ਲੋਕਾਂ ਨੂੰ ਅੱਜ ਸੜਕਾਂ ਦੇ ਧੱਕੇ ਖਾਣੇ ਪੈ ਰਹੇ ਨੇ। ਮੈਂ ਸਮਝਦਾ ਕਿ ਪੰਜਾਬ ਦੀ ਤ੍ਰਾਸਦੀ ਆ। ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇਲੈਕਸ਼ਨ ਕਮਿਸ਼ਨ ਨੂੰ ਆਫ ਇੰਡੀਆ ਪੰਜਾਬ, ਜਿਹੜਾ ਕੈਂਡੀਡੇਟ, ਜਿਹੜੀ ਪਾਰਟੀ ਜੋ ਗੱਲ ਕਹਿੰਦੀ ਆ ਮੈਨੀਫੈਸਟੋ ਦੇ ਵਿੱਚ ਕਿ ਮੈਂ ਲੋਕਾਂ ਨੂੰ, ਮੈਂ ਆਪਣੇ ਵੋਟਰਾਂ ਨੂੰ ਆਹ ਚੀਜ਼ ਦਊਂਗਾ, ਉਹ ਇਨ ਬਿਨ ਪੂਰੀ ਹੋਣੀ ਚਾਹੀਦੀ ਆ। ਜੇ ਨਹੀਂ ਹੁੰਦੀ, ਇਲੈਕਸ਼ਨ ਕਮਿਸ਼ਨ ਕੋਲ ਪਾਵਰ ਹੋਣੀ ਚਾਹੀਦੀ ਹੈ ਕਿ ਉਹ ਸਰਕਾਰ ਨੂੰ ਤੋੜ ਕੇ ਨਵੀਂ ਸਰਕਾਰ ਬਣਾਈ ਜਾਵੇ। ਹੋ ਗਿਆ ਹੀ ਵੇਖੋ ਜੀ, ਸਰਕਾਰ ਨੇ ਚੋਣਾਂ ਵੀ ਬੜੀਆਂ ਲੇਟ ਕਰਾਈਆਂ ਵਾ, 28 ਜਨਵਰੀ ਦੀਆਂ ਪੰਚਾਇਤਾਂ ਭੰਗ ਹੋਈਆਂ ਵਾ। ਸਰਕਾਰ ਨੇ ਬੜਾ ਲੰਮਾ ਸਮਾਂ ਹੋ ਗਿਆ ਪੰਚਾਇਤਾਂ ਭੰਗ ਹੋਈਆਂ ਨੂੰ। ਸਰਕਾਰ ਨੇ ਆਪਣਾ ਸਰਕਾਰ ਨੂੰ ਇਸ ਚੀਜ਼ ਬਾਰੇ, ਚੋਣਾਂ ਕਰਾਉਣ ਬਾਰੇ ਚੰਗੇ ਅਤੇ ਸੁਚੱਜੇ ਢੰਗ ਦੇ ਨਾਲ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ। ਅੱਜ ਜਿਹੜੀ ਨਾਮਜ਼ਦ ਦੀਆਂ ਆਖਰੀ ਦਿਨ ਆ, ਦਾਖਲ ਹੋ ਰਹੀਆਂ ਨੇ, 30 ਤਰੀਕ ਤੋਂ ਦਾਖਲ ਹੋ ਰਹੀਆਂ ਸੀ, ਵਿੱਚ 2-3 ਛੁੱਟੀਆਂ ਆ ਗਈਆਂ ਸੀ। ਇਸ ਕਰਕੇ ਅੱਜ ਸੰਗਤ ਬਹੁਤ ਖੱਜਲ ਖਰਾਬ ਹੋ ਰਹੀ ਆ, ਕਿਉਂਕਿ ਸਰਕਾਰ ਨੇ ਕੋਈ ਇਹ ਚੰਗੀ ਤਰ੍ਹਾਂ ਪ੍ਰਬੰਧ ਨਹੀਂ ਕੀਤਾ, ਕਿਉਂਕਿ ਸਰਕਾਰ ਕੋਲ ਬੜਾ ਲੰਮਾ ਸਮਾਂ ਸੀ। ਇਸ ਤਰੀ ਭਾਵ ਕੇ ਪੰਚਾਇਤਾਂ ਭੰਗ ਹੋਈਆਂ ਨੂੰ, ਸਰਕਾਰ ਨੂੰ ਇਹ ਵੋਟ ਲਿਸਟਾਂ ਵੀ ਜਿਹੜੀਆਂ ਉਹ ਵੀ ਪੁਰਾਣੀਆਂ ਚੁੱਕ ਕੇ ਉਹਨਾਂ 'ਤੇ ਇਲੈਕਸ਼ਨ ਕਰਾ ਰਹੇ ਆ। ਉਹਨਾਂ ਦੇ ਵਿੱਚ ਵੀ, ਵਾਰਡਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜੀ ਆ ਖੱਜਲ ਖੁਆਰੀ ਕਰਨੀ ਪਈ ਆ। ਜਿਹੜੀਆਂ ਜਰਨਲ ਵਾਰਡਾਂ ਸੀ ਉਹ SC ਹੋ ਗਈਆਂ, ਅਤੇ SC ਜਿਹੜੀਆਂ ਉਹ ਜਰਨਲ ਹੋ ਗਈਆਂ ਨੇ। ਲੋਕਾਂ ਨੂੰ ਕਾਗਜ਼ਾਂ ਭਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਈ ਆ। ਅੱਗੋਂ ਜੇ ਲੋਕ ਕਾਗਜ਼ ਜਮ੍ਹਾਂ ਕਰਾਉਣ ਵਾਸਤੇ ਆਏ ਤਾਂ ਲੋਕਾਂ ਦੇ ਅੰਦਰ ਡਰ ਪਏ, ਕੱਲ੍ਹ ਤੋਂ ਇਹ ਜ਼ਿਆਦਾ ਵੜਿਆ ਹੋਇਆ ਸੀ, ਭਾਵ ਕੇ ਮੌਕੇ 'ਤੇ ਸ਼ਾਇਦ ਲੰਮੀਆਂ ਲਾਈਨਾਂ ਲੱਗ ਜਾਣ ਅਤੇ ਸਾਡੀਆਂ ਫਾਈਲਾਂ ਨਹੀਂ ਜਮ੍ਹਾਂ ਹੋਣਗੀਆਂ। ਅਤੇ ਸਰਕਾਰ ਨੇ ਕੋਈ ਪ੍ਰਬੰਧ, 2 ਬਲਾਕਾਂ ਦਾ ਵੇਖੋ, ਚਗਾਵਾਂ ਬਲਾਕ ਦਾ ਵੀ ਅਤੇ ਅਰਸ਼ੇਸ਼ੀਨੇ ਬਲਾਕ ਦਾ ਵੀ ਇੱਕੇ ਥਾਂ 'ਤੇ ਕੀਤਾ ਹੋਇਆ ਵਾ। ਇੱਥੇ ਕੋਈ ਚੰਗੀ ਤਰ੍ਹਾਂ ਕਾਊਂਟਰ ਨਹੀਂ ਸਰਕਾਰ ਨੇ ਤਿਆਰ ਕੀਤੇ ਹੋਏ। ਰਸੀਦਾਂ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਹਰ ਪੱਲੇ ਜਿਹੜੀ ਆ ਨਾ ਸੰਗਤ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਚੋਣ ਕਰਾਉਣ ਵਾਸਤੇ, ਉਹਨਾਂ ਨੂੰ ਪਹਿਲਾਂ ਹੀ ਇਸ ਚੀਜ਼ ਦੇ ਨਾਲ ਚੰਗੇ ਅਤੇ ਸੁਚੱਜੇ ਢੰਗ ਦੇ ਨਾਲ ਇਹ ਪ੍ਰਬੰਧ ਕਰਨਾ ਚਾਹੀਦਾ ਸੀ। ਵੇਖੋ, ਹਰ ਬੰਦਾ ਚਾਹੁੰਦਾ ਵਾ, ਅੱਜ ਕੱਲ੍ਹ ਜਿਹੜਾ ਨਾ ਸੰਗਤ ਦੇ ਵਿੱਚ ਇੰਨਾ ਨਹੀਂ ਹੈਗਾ ਕਿਸੇ ਵੀ ਬੰਦੇ ਦੇ ਵਿੱਚ, ਪਿੱਛੇ ਵਾਂਗੂ ਕੋਈ ਇਮਿਊਨਿਟੀ ਇੰਨੀ ਕਾਇਮ ਨਹੀਂ ਹੈਗੀ ਬੰਦਿਆਂ ਦੇ ਅੰਦਰ। ਕੋਈ ਬਹੁਤ ਸਾਰੇ ਬੰਦੇ ਦਵਾਈਆਂ ਨਾਲ ਚੱਲ ਰਹੇ ਆ, ਕੋਈ ਹਾਰਟ ਦਾ ਮਰੀਜ਼ ਆ, ਕੋਈ ਕਿਸੇ ਬਿਮਾਰੀ ਦਾ ਮਰੀਜ਼ ਆ। ਇਸ ਕਰਕੇ ਮੈਂ ਬਾਹਰ ਦੇਖ ਰਿਹਾ ਵਾਂ, ਸੰਗਤ ਨੂੰ ਬਹੁਤ ਦਿੱਕਤ ਆ ਰਹੀ ਹੈ। ਨਾ ਸਰਕਾਰ ਨੇ ਕੋਈ ਪਾਣੀ ਦਾ ਪ੍ਰਬੰਧ ਕੀਤਾ ਇੱਥੇ, ਹੋਰ ਨਹੀਂ ਇਹਦੇ ਕੰਮ ਸੋ ਕੰਮ, ਸਰਕਾਰ ਨੂੰ ਇਹਦੇ ਪਾਣੀ ਦਾ ਪ੍ਰਬੰਧ ਤਾਂ ਕਰਨਾ ਚਾਹੀਦਾ ਨਾ, ਇੱਥੇ ਪਾਣੀ ਦਾ ਪ੍ਰਬੰਧ ਵੀ ਕੋਈ ਨਹੀਂ ਹੈਗਾ। ਇਸ ਕਰਕੇ ਸਰਕਾਰ ਨੇ ਨਾ ਜਿਹੜਾ ਇਸ ਚੀਜ਼ ਵੱਲ ਤਵੱਜੋ ਦੇਣੀ ਚਾਹੀਦੀ, ਸਰਕਾਰ ਨੇ ਉਹ ਨਹੀਂ ਦਿੱਤੀ।
ਬਾਕੀ ਚਲੋ ਅੰਦਰ ਨਾਮਜ਼ਦਗੀਆਂ ਇਸ ਟਾਈਮ ਵਧੀਆ ਤਰੀਕੇ ਦੇ ਨਾਲ ਲਈਆਂ ਜਾ ਰਹੀਆਂ ਨੇ, ਪਰ ਸਾਨੂੰ ਅਜੇ ਤਾਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ। ਸਾਡੇ ਮਨ ਦੇ ਵਿੱਚ ਥੋੜ੍ਹਾ ਜਿਹਾ ਡਾਊਟ ਹੈਗਾ ਵੀ ਕਿਤੇ ਇਹ ਸਰਕਾਰ ਜਿਹੜੀ ਆਪਣੇ ਪ੍ਰੈਸ਼ਰ ਦੇ ਥੱਲੇ ਦਬਾਅ ਦੇ ਵਿੱਚ ਆਣ ਕੇ ਅਫਸਰ ਜਿਹੜੇ ਕਿਤੇ ਸਾਡੀਆਂ ਫਾਈਲਾਂ ਨਾ ਰੱਦ ਕਰ ਦੇਣ। ਬਾਕੀ ਲੋਕਾਂ ਦੇ ਵਿੱਚ ਸੰਯੋਗ ਜਿਹੜਾ ਹੈਗਾ ਵਾ ਉਹ ਲੋਕ ਇਹ ਚੀਜ਼ ਚਾਹੁੰਦੇ ਆ, ਜਿਹੜੀ ਲਕਸ਼ਣ ਹਨ ਉਹ ਅਮਨ ਸ਼ਾਂਤੀ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਲਕਸ਼ਣ ਹੋਣੀ ਚਾਹੀਦੀ ਆ, ਜਿਹਨੂੰ ਲੋਕ ਸਾਥ ਦੇਣ ਉਹ ਸਰਪੰਚ ਚੁਣ ਕੇ ਅੱਗੇ ਆਉਣਾ ਚਾਹੀਦਾ। ਸਰਕਾਰ ਹੰਡਾਈ ਆ, ਤੁਹਾਡੀ ਸਰਕਾਰ ਵੇਲੇ ਵੀ ਸਾਰਾ ਕੁਝ ਹੁੰਦਾ ਸੀ ਜੀ? ਨਹੀਂ, ਸਾਡੀ ਸਰਕਾਰ ਵੇਲੇ ਨਹੀਂ ਕੋਈ ਨਹੀਂ ਹੁੰਦਾ ਜੀ ਇਹੋ ਜਿਹਾ ਕੰਮ। ਅਸੀਂ ਸਰਕਾਰ ਦੇ ਟਾਈਮ 'ਤੇ ਆਪਣੇ ਜੋ ਨਾਮਜ਼ਦਗੀਆਂ ਦਾਖਲ ਕਰਾਈਆਂ ਸਾਡੇ ਟਾਈਮ ਦੇ ਉੱਤੇ ਕੋਈ ਮੁਸ਼ਕਲ ਨਹੀਂ ਆਈ, ਉਸ ਟਾਈਮ ਦੇ ਪਾਣੀ ਦਾ ਪ੍ਰਬੰਧ ਵੀ ਕੀਤਾ ਸੀ, ਉਸ ਟਾਈਮ ਦੇ ਉੱਤੇ ਸਾਡੇ ਮਾਣਯੋਗ ਸਰਕਾਰੀਆ ਸਾਹਿਬ ਨੇ ਸਾਡੇ ਜਿੰਨੇ ਵੀ ਅਹੁਦੇਦਾਰ ਹੈਗੇ ਹਾਂ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਾਂਭਿਆ ਸੀ। ਮੈਂ ਚਾਹੁੰਦਾ ਵੱਲ ਵੇਖੋ ਲੋਕਾਂ ਦੀ ਸੇਵਾ ਵਾ, ਇਹ ਜ਼ਿੰਮੇਵਾਰ ਬੰਦੇ ਜਿਹੜੇ ਆ ਨਾ ਅਸੀਂ ਜਦੋਂ ਸਰਕਾਰ ਦੇ ਵਿੱਚ ਹੁੰਦੇ ਹਾਂ ਸਾਡਾ ਹਲਕੇ ਇੰਚਾਰਜਾਂ ਦਾ ਇਹਨਾਂ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਚੀਜ਼ ਦੇ, ਸੰਗਤ ਆਏ ਸੰਗਤ ਦੇ ਰੂਪ ਦੇ ਵਿੱਚ ਆਪਾਂ ਸੰਗਤ ਨੂੰ ਦੇਖ ਕੇ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ। ਬਲੋਕ ਜਿਹੜਾ ਬਾਰਡਰ ਦੇ ਨਾਲ ਲੱਗਦਾ ਹੈ ਉਧਰੋਂ ਲੋਕ ਐਡੀ ਦੂਰ ਰਾਜਸਥਾਨ ਦਾ ਘਰ, ਇਹ ਲੱਗਦਾ ਕਿ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਵਿਤਕਰਾ? ਨਹੀਂ ਜੀ, ਉਹਦੇ ਵਿੱਚ ਹੋ ਸਕਦਾ ਵਾ, ਸਾਨੂੰ ਇਸ ਚੀਜ਼ ਦਾ ਡਾਊਟ ਆ ਜੀ, ਵਿਤਕਰਾ ਵੀ ਹੋ ਸਕਦਾ ਵਾ ਅਤੇ ਇਹਨਾਂ ਨੇ, ਕਿਉਂ ਕਾਰਨ ਜ਼ਿਆਦਾ ਪਿੰਡ ਜਿਹੜੇ ਰਾਜਸਥਾਨ ਸੀ ਹਲਕੇ ਦੇ ਆ ਜਿਹੜੇ ਬਾਰਡਰ ਦੇ ਨਾਲ ਚੁੱਕ ਕੇ ਇੱਥੇ ਲੋਕਾਂ ਨੂੰ ਸਵੇਰ ਦੇ ਆਣ ਕੇ ਵੇਖੋ 5 ਵਜੇ ਦੇ ਲੋਕ ਤਾਂ ਘਰਾਂ ਤੋਂ ਤੁਰੇ ਆ ਅਤੇ 6 ਵਜੇ ਦੀਆਂ ਇੱਥੇ ਆਣ ਕੇ ਦੇ ਲੋਕ ਇੱਥੇ ਆਣ ਕੇ ਦੇ ਖੜ ਗਏ ਆ। ਬਾਅਦ ਵਿੱਚ ਸਰਕਾਰ ਨੇ ਇਹਨਾਂ ਦੇ ਪ੍ਰਬੰਧ ਆਪਣੇ ਮੁਲਾਜ਼ਮਾਂ ਨੂੰ ਇਹ ਗੱਲ ਦੱਸੀ ਗਈ ਭਾਵ ਕਿ ਅੰਦਰ ਲੈਣਾ ਨਹੀਂ ਲੱਗਣਗੇ, ਅਸੀਂ ਫਾਈਲਾਂ ਇਕੱਲੇ ਇਕੱਲੇ ਪਿੰਡ ਨੂੰ ਆਵਾਜ਼ ਮਾਰ ਕੇ ਅੰਦਰ ਰੱਖਾਂਗੇ। ਚਲੋ ਉਹ ਤਾਂ ਬੜੇ ਤਰੀਕੇ ਨਾਲ ਸੁਚੱਜੇ ਢੰਗ ਨਾਲ ਵਧੀਆ ਉਹ ਪ੍ਰਬੰਧ ਮੈਨੂੰ ਚੰਗਾ ਵਧੀਆ ਲੱਗਾ, ਚਲੋ ਲੋਕ ਨਹੀਂ ਲੈਣਾ 'ਚ ਲੱਗੇ ਇਸ ਤਰੀਕੇ ਦਾ, ਬਹੁਤ ਮੁਸ਼ਕਲ ਹੋਰ ਵੀ ਆਉਣੀ ਸੀ ਲੋਕਾਂ ਨੂੰ, ਪਰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਅਤੇ ਬਲਾਕ ਵੀ ਸਾਡਾ ਜਿਹੜਾ ਚੁੱਕਿਆ ਉਹ ਇੱਧਰ ਪਾ ਦਿੱਤਾ ਵਾ, ਸਰਕਾਰ ਨੂੰ ਇਹ ਚਾਹੀਦਾ ਸੀ। ਸਾਨੂੰ ਅਸੀਂ ਇਸ ਚੀਜ਼ ਤੋਂ ਜਿਹੜੇ ਆ ਨਾ ਖੁਸ਼ ਹਾਂ, ਭਾਵ ਕਿ ਸਾਨੂੰ ਦੂਰੋਂ ਆਣ ਕੇ ਇੱਥੇ ਆਣ ਕੇ ਜਿਹੜਾ ਖੱਜਲ ਖੁਆਰ ਹੋਣਾ ਪੈ ਰਿਹਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।